ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਕਿਸਾਨ ਖੇਤੀ ਵਿਚਾਰ ਤੇ ਮੈਂ ਹਾਂ ਚਮਕੌਰ ਸਿੰਘ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਹਰ ਪਸ਼ੂ ਪਾਲਣ ਵਾਲਾ ਵਿਅਕਤੀ ਇਹ ਚਾਹੁੰਦਾ ਹੈ ਕਿ ਉਸ ਦੇ ਪਸ਼ੂ ਨੂੰ ਸਾਰਾ ਸਾਲ ਹਰਾ ਚਾਰਾ ਦਿੱਤਾ ਜਾਵੇ ਤੇ ਕਿਵੇਂ ਪੋਸੀਬਲ ਹੈ ਕਿਸ ਤਰ੍ਹਾਂ ਇੱਕ ਕਿਸਾਨ ਹੈ ਜਿਹੜਾ ਉਹ ਆਪਣੇ ਪਸ਼ੂਆਂ ਨੂੰ ਸਾਰਾ ਸਾਲ ਹਰਾ ਚਾਰਾ ਦੇ ਸਕਦਾ ਹੈ ਉਸੇ ਸੰਬੰਧੀ ਅੱਜ ਗੱਲ ਕਰਨ ਲਈ ਅਸੀਂ ਪਹੁੰਚਿਆ ਸਾਡੇ ਨਾਲ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਫੀਡ ਐਂਡ ਫੌਡਰ ਜਿਹੜੇ ਹੈਗੇ ਨੇ ਸਰਦਾਰ ਰਵਨ ਸਿੰਘ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਚ ਸਰ ਦੱਸੂਗਾ ਕਿਸਾਨ ਵੀਰਾਂ ਨੂੰ ਕਿ ਕਿਹੜੇ ਕਿਹੜੇ ਇਹ ਜੇ ਚਾਰੇ ਨੇ ਜਿਨ੍ਹਾਂ ਦਾ ਕਿਸਾਨ ਵੀਰ ਸਾਈਲੇਜ ਤਿਆਰ ਕਰ ਸਕਦੇ ਨੇ ਤੇ ਕਿਹੜੀ ਉਹਨਾਂ ਦੀ ਮੈਚੁਰ ਏਜ ਹੁੰਦੀ ਆ ਜਿੱਥੇ ਜਾ ਕੇ ਉਹਨਾਂ ਦਾ ਸਾਈਲੇਜ ਤਿਆਰ ਹੋ ਜਾਂਦਾ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਆ ਹੁਣ ਅਸੀਂ ਜਿਹੜਾ ਜਿਹੜਾ ਖੇਤੀਬਾੜੀ ਆ ਉਹ ਚ ਖੜੋਤ ਆ ਗਈ ਆ ਉਸ ਤੋਂ ਜਿਹੜਾ ਨੈਕਸਟ ਅਗਲਾ ਧੰਦਾ ਹੈਗਾ ਸਾਡਾ ਉਹ ਡੇਰੀ ਦਾ ਧੰਦਾ ਹੈ ਡੇਰੀ ਦੇ ਵਿੱਚ ਸਾਡੇ ਕੋਲ ਤਕਰੀਬਨ 31 ਕਿਲੋ ਪ੍ਰਤੀ ਪਸ਼ੂ ਪ੍ਰਤੀ ਦਿਨ ਜਿਹੜਾ ਹਰਾ ਚਾਰਾ ਅਸੀਂ ਪਸ਼ੂਆਂ ਨੂੰ ਪਾ ਰਹੇ ਆ ਇਹ ਸਾਡੇ ਕੋਲ ਜਿਹੜਾ ਉਪਲਬਧ ਹੈਗਾ ਤੇ ਸਾਨੂੰ ਘੱਟੋ ਘੱਟ ਇੱਕ ਪਸ਼ੂ ਨੂੰ 40 ਕਿਲੋ ਹਰਾਚਾਰਾ ਜਿਹੜਾ ਉਹ ਪਾਉਣਾ ਚਾਹੀਦਾ 40 ਕਿਲੋ ਹਰਾਚਾਰਾ ਪਾਉਣ ਵਾਸਤੇ ਅਸੀਂ ਸਾਰਾ ਸਾਲ ਹਰਾਚਾਰਾ ਕਿਵੇਂ ਪੈਦਾ ਕਰ ਸਕਦੇ ਆ ਜਾਂ ਕਿਵੇਂ ਉਹ ਜਿਹੜਾ ਉਹਦਾ ਦੁੱਧ ਦਾ ਸਸਤਾ ਦੁੱਧ ਕਿਵੇਂ ਪੈਦਾ ਕਰ ਸਕਦੇ ਆ ਉਹਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਪੰਜਾਬ ਰਾਜ ਦੇ ਵਿੱਚ ਤਕਰੀਬਨ 11% ਜਿਹੜਾ ਏਰੀਆ ਉਹ ਅੰਡਰ ਫਾਊਡਰ ਹੈਗਾ ਤੇ ਇਸ ਕਰਕੇ ਅਸੀਂ ਸਾਡੇ ਕੋਲ ਦੋ ਇਹ ਜੇ ਸੀਜ਼ਨ ਹੁੰਦੇ ਆ ਜਦੋਂ ਸਾਡੇ ਕੋਲ ਪੱਠੇ ਨਹੀਂ ਹੁੰਦੇ ਦੋ ਇਹ ਜੇ ਸੀਜ਼ਨ ਹੁੰਦੇ ਆ ਜਦੋਂ ਸਾਡੇ ਕੋਲ ਪੱਠੇ ਜੜਿਆ ਬਹੁਤ ਆਤ ਹੁੰਦੇ ਆ ਜਿਵੇਂ ਹੁਣ ਸਰਦੀਆਂ ਦਾ ਮੌਸਮ ਚੱਲ ਰਿਹਾ ਸਰਦੀਆਂ ਦੇ ਵਿੱਚ ਸਾਡੇ ਕੋਲ ਪੱਠੇ ਨਹੀਂ ਹੁੰਦੇ ਇਸ ਤਰ੍ਹਾਂ ਜਿਹੜਾ ਮਾਰਚ ਅਪ੍ਰੈਲ ਆ ਉਹਦੇ ਵਿੱਚ ਸਾਡੇ ਕੋਲ ਪੱਠੇ ਜਿਹੜੇ ਬਹੁਤ ਜ਼ਿਆਦੇ ਹੁੰਦੇ ਆ ਇਸ ਤਰ੍ਹਾਂ ਜਿਹੜਾ ਮਈ ਜਿਹੜੀ ਆ ਜਿਹੜਾ ਮਈ ਆ ਮਈ ਦੇ ਵਿੱਚ ਵੀ ਸਾਡੇ ਕੋਲ ਜਿਹੜੇ ਪੱਠੇ ਘੱਟ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਜੂਨ ਜੁਲਾਈ 'ਚ ਸਾਡੇ ਕੋਲ ਜਿਹੜੇ ਪੱਠੇ ਆਂਦੀ ਬਹੁਤਾਤ ਹੁੰਦੀ ਆ ਅਸੀਂ ਜਿਹੜੇ ਜਦੋਂ ਸਾਡੇ ਕੋਲ ਪੱਠੇ ਬਹੁਤ ਜ਼ਿਆਦੇ ਹੁੰਦੇ ਆ ਤਾਂ ਅਸੀਂ ਉਹਨਾਂ ਪੱਠਿਆਂ ਨੂੰ ਜਿਹੜਾ ਸੰਭਾਲ ਕੇ ਰੱਖ ਸਕਦੇ ਆ ਜਿਹਦਾ ਅਸੀਂ ਅਚਾਰ ਬਣਾ ਸਕਦੇ ਆ ਜਿਹੜਾ ਅਸੀਂ ਅਚਾਰ ਬਣਾਉਣਾ ਉਹ ਗੈਰ ਫਲੀਦਾਰ ਜਿਹੜੇ ਚਾਰੇ ਆ ਜਿਵੇਂ ਮੱਕੀ ਹੋਈ ਜਵਾਰ ਹੋਈ ਜਵੀ ਹੋਈ ਅਸੀਂ ਇਹਨਾਂ ਦਾ ਜਿਹੜਾ ਉਹ ਅਚਾਰ ਬਣਾ ਸਕਦੇ ਆ ਜਿਹੜੇ ਫਲੀਦਾਰ ਚਾਰੇ ਆ ਅਸੀਂ ਉਹਨਾਂ ਦਾ ਭੋਹ ਬਣਾ ਸਕਦੇ ਆ ਤੇ ਪਸ਼ੂਨ ਪਾ ਸਕਦੇ ਆ ਜੀ ਤੇ ਇਹ ਕੀ ਜਿਹੜੇ ਤੁਸੀਂ ਚਾਰੇ ਦੱਸੇ ਨੇ ਮੱਕੀ ਜਮੀ ਹੋਈ ਤੇ ਇਹਨਾਂ ਦੀ ਕੀ ਏਜ ਮਚਿਓਰ ਏਜ ਕੀ ਹੈ ਜਿੱਥੇ ਜਾ ਕੇ ਅਸੀਂ ਇਹਨਾਂ ਨੂੰ ਕੱਟ ਸਕਦੇ ਆ ਤੇ ਇਹਨਾਂ ਦਾ ਅਚਾਰ ਬਣਾ ਸਕਦੇ ਆ ਕਿਸਾਨ ਵੀਰੋ ਜਿਹੜੀ ਜਿਹੜੀ ਮੱਕੀ ਆ ਇਹੇ ਤਕਰੀਬਨ 55-60 ਦਿਨਾਂ ਦੇ ਬਾਅਦ ਅਸੀਂ ਇਹਦਾ ਜਦੋਂ ਇਹਦੇ 'ਚ ਛੱਲੀਆਂ ਲੱਗਦੀਆਂ ਦੁੱਧਾ ਹੁੰਦਾ ਤੇ ਇਹਦੇ ਉੱਪਰ ਇਹਦਾ ਜਿਹੜਾ ਉਹ ਬੋਰਡ ਨਿਕਲਦਾ ਉਦੋਂ ਅਸੀਂ ਇਹਦਾ ਬਣਾਉਣਾ ਇਸ ਤਰ੍ਹਾਂ ਜਿਹੜਾ ਬਾਜਰਾ ਹੈਗਾ ਬਾਜਰੇ ਦੇ ਵਿੱਚ ਜਦੋਂ ਉੱਪਰ ਸ਼ਿਟਾ ਨਿਕਲਦਾ ਅਸੀਂ ਉਦੋਂ ਪਾਉਣਾ ਜਿਹੜਾ ਜਿਹੜੀ ਜਵਾਰ ਆ ਜਵਾਰ ਦੇ ਉੱਪਰ ਵੀ ਜਦੋਂ ਉਹਦੇ ਉੱਪਰ ਦੁੰਬੀ ਨਿਕਲਦੀ ਆ ਅਸੀਂ ਉਦੋਂ ਉਹਨੂੰ ਕੱਟ ਸਕਦੇ ਆ ਇਸ ਤਰ੍ਹਾਂ ਜਿਹੜੀ ਜਵੀ ਆ ਜਵੀ ਦੇ ਉੱਪਰ ਵੀ ਜਦੋਂ ਜਵੀ ਦੁੱਧੀ ਹੋਵੇ ਉਹਦੇ ਤੇ ਉਹਦੀ ਮੁੰਜਰ ਨਿਕਲਦੀ ਆ ਉਸ ਟਾਈਮ ਤੇ ਅਸੀਂ ਕੱਟ ਕੇ ਉਹਦਾ ਜਿਹੜਾ ਅਚਾਰ ਬਣਾ ਸਕਦੇ ਆ ਜੇ ਕਿਤੇ ਅਸਾਨੂੰ ਲੱਗੇ ਵੀ ਸਾਡਾ ਜਿਹੜਾ ਚਾਰਾ ਉਹ ਥੋੜਾ ਜਿਹੜਾ ਨਰਮ ਹੈਗਾ ਤਾਂ ਅਸੀਂ ਉਹਨੂੰ ਇੱਕ ਧੁੱਪ ਵੀ ਲਵਾ ਸਕਦੇ ਹਾਂ ਤੇ ਜਦੋਂ ਅਸੀਂ ਅਚਾਰਾ ਕੱਟਾਂਗੇ ਕੱਟ ਕੇ ਉਹਨੂੰ ਕੁਤਰਾਂਗੇ ਉਹਨੂੰ ਕੁਤਰ ਕੇ ਅਸੀਂ ਉਹਨੂੰ ਹੱਥਾਂ ਦੇ ਵਿੱਚ ਇਸ ਤਰ੍ਹਾਂ ਨੱਪ ਕੇ ਦੇਖਣਾ ਹੈਗਾ ਜੇ ਸਾਡੇ ਹੱਥਾਂ ਨੂੰ ਪਾਣੀ ਲੱਗੂਗਾ ਤਾਂ ਇਹਦਾ ਮਤਲਬ ਉਹਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਜ਼ਿਆਦਾ ਫਿਰ ਅਸੀਂ ਉਹਨੂੰ ਇੱਕ ਦੋ ਦਿਨ ਵਾਸਤੇ ਧੁੱਪ ਲਵਾ ਕੇ ਉਹਦਾ ਅਚਾਰ ਬਣਾ ਸਕਦੇ ਹਾਂ ਜੀ ਜਿਵੇਂ ਤੁਸੀਂ ਗੱਲ ਕੀਤੀ ਅਚਾਰ ਬਣਾਉਣ ਦੀ ਕਿ ਕਿਸ ਤਰ੍ਹਾਂ ਕਿਸਾਨ ਚੈੱਕ ਕਰ ਸਕਦਾ ਹੈ ਕਿ ਇਹ ਇਹਨੂੰ ਧੁੱਪ ਲਵਾਈ ਹੋਰ ਜਾ ਸਕਦੀ ਹੈ ਜਾਂ ਇਹ ਬਣ ਚੁੱਕਿਆ ਹੈ ਤੇ ਇਸ ਤਰ੍ਹਾਂ ਕਈ ਕਿਸਾਨ ਵੀਰ ਨੇ ਜਿਨ੍ਹਾਂ ਨੂੰ ਨਹੀਂ ਸਹਿਦ ਹੁੰਦੀ ਨਹੀਂ ਪਤਾ ਹੁੰਦਾ ਕਿ ਜਿਹੜਾ ਅਚਾਰ ਹੈ ਇਹ ਬਣਾਉਣਾ ਕਿਸ ਤਰ੍ਹਾਂ ਹੈ ਤੇ ਇਹਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਉਸ ਦੇ ਬਾਰੇ ਵੀ ਕਿਸਾਨ ਵੀਰਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਉਹ ਹਰੇ ਚਾਰੇ ਦੀ ਸਾਂਭ ਸੰਭਾਲ ਕਰ ਸਕਦੇ ਨੇ ਕਿਸਾਨ ਵੀਰ ਜਿਹੜਾ ਅਚਾਰ ਆ ਇਹਨੂੰ ਅਸੀਂ ਟੋਏ ਵਿੱਚ ਵੀ ਬਣਾ ਸਕਦੇ ਆ ਅੱਜ ਕੱਲ ਜਿਹੜਾ ਇਹਦੀ ਮਸ਼ੀਨਾ ਜਿਹੜੀਆਂ ਆ ਗਈਆਂ ਅਸੀਂ ਇਹਦੀ ਰੈਪਿੰਗ ਵੀ ਕਰ ਸਕਦੇ ਆ ਪਰ ਜਿਹੜਾ ਇਹ ਅਚਾਰ ਆ ਇਹਨੂੰ ਤਿੰਨ ਚੀਜ਼ਾਂ ਤੋਂ ਅਸੀਂ ਬਚਾਉਣਾ ਇਹ ਪਹਿਲਾ ਪਾਣੀ ਆ ਦੂਜਾ ਮਿੱਟੀ ਆ ਤੀਜੀ ਹਵਾ ਆ ਇਤਨੀ ਤਾਂ ਜਿਹੜੀਆਂ ਅਚਾਰ ਨੂੰ ਜਿਹੜੀਆਂ ਖਰਾਬ ਕਰਦੀਆਂ ਔਰ ਅਚਾਰ ਜਿਹੜਾ ਅਸੀਂ ਜਿਹੜਾ ਸਾਈਲੋ ਪਿੱਟ ਦੇ ਵਿੱਚ ਜਿਹਨੂੰ ਅਸੀਂ ਅਚਾਰ ਵਾਲਾ ਟੋਆ ਕਹਿੰਦੇ ਆ ਉਹਦੇ ਵਿੱਚ ਵੀ ਪਾ ਸਕਦੇ ਆ ਜਿਹੜਾ ਥੱਲੇ ਪੱਟਣ ਵਾਲਾ ਥੱਲੇ ਅਸੀਂ ਟੋਆ ਪੱਟ ਵੀ ਸਕਦੇ ਆ ਔਰ ਉੱਪਰ ਵੀ ਜਿਹੜਾ ਅਸੀਂ ਸਾਈਲੋ ਟਾਵਰ ਵੀ ਬਣਾ ਸਕਦੇ ਆ ਉਹਦੇ ਵਿੱਚ ਜਦੋਂ ਅਸੀਂ ਅਚਾਰ ਜਿਹੜਾ ਇਹ ਕੱਟ ਕੇ ਜਿਹੜਾ ਹਰਾਚਾਰਾ ਪਾਉਣਾ ਹੈਗਾ ਤੇ ਉਹ ਕੋਦੀ ਅਸੀਂ ਟੋਕੇ ਦੀ ਜਿਹੜਾ ਇੱਕ ਟੋਕਾ ਅਸੀਂ ਲਾ ਸਕਦੇ ਆ ਤੇ ਉਹਦੇ ਨਾਲ ਜਿਹੜਾ ਇਹਦੀ ਥੋੜੀ ਜਿਹੀ ਉਚਾਈ ਮਤਲਬ ਕਿ 3-4 ਇੰਚ ਦਾ ਜਿਹੜਾ ਉਹ ਸਾਈਜ਼ ਬਣ ਜਾਂਦਾ ਹੈਗਾ ਤੇ ਤਾਂ ਕਿ ਉਹਨੂੰ ਦੂਸਰੀ ਗੱਲ ਅਸੀਂ ਪਾ ਕੇ ਨਾਲ ਦੀ ਨਾਲ ਲੇਅਰ ਬਣਾ ਕੇ ਅਸੀਂ ਇਹਨੂੰ ਟਰੈਕਟਰ ਨਾਲ ਜਾਂ ਜੇ ਛੋਟਾ ਟੋਆ ਤਾਂ ਅਸੀਂ ਉਹਨੂੰ ਬੰਦਿਆਂ ਨਾਲ ਵੀ ਜਿਹੜੀ ਆ ਪ੍ਰੈਸ ਕਰ ਲੈਣੀ ਆ ਤਾਂ ਕਿ ਉਹਦੇ ਵਿੱਚ ਜਿਹੜੀ ਆ ਹਵਾ ਨਿਕਲ ਜੇ ਨਿਕਲ ਜਾਂਦੀ ਜੀ ਤੇ ਇੱਕ ਹੋਰ ਸਵਾਲ ਜਿਹੜਾ ਕਿਸਾਨ ਵੀਰਾਂ ਦਾ ਲਗਾਤਾਰ ਆਉਂਦਾ ਹੈ ਕਿ ਜਿਵੇਂ ਤੁਸੀਂ ਕਈ ਫਸਲਾਂ ਦੱਸਿਆ ਨੇ ਕਿ ਜਿਹੜੀਆਂ ਨਹੀਂ ਹੈਗੀਆਂ ਫਲੀਦਾਰ ਉਹਨਾਂ ਦਾ ਆਪਾਂ ਚਾਰਾ ਤਿਆਰ ਕਰ ਸਕਦੇ ਆ ਕਈ ਕਿਸਾਨ ਵੀਰ ਗੰਨੇ ਦਾ ਵੀ ਚਾਰਾ ਤਿਆਰ ਕਰਦੇ ਨੇ ਤੇ ਚਕੁੰਦਰ ਦਾ ਵੀ ਚਾਰਾ ਜਿਹੜਾ ਹੈਗਾ ਉਹ ਤਿਆਰ ਕਰਦੇ ਨੇ ਇਹ ਚ ਕੀ ਇਹਨਾਂ ਫਸਲਾਂ ਦਾ ਵੀ ਹੋਰ ਫਸਲਾਂ ਦਾ ਜਿਹੜੀਆਂ ਤੁਸੀਂ ਦਸੀਆਂ ਨੇ ਉਹਨਾਂ ਤੋਂ ਇਲਾਵਾ ਕੋਈ ਹੋਰ ਵੀ ਅਜਿਹੀਆਂ ਫਸਲਾਂ ਹੈਗੀਆਂ ਨੇ ਜਿਨ੍ਹਾਂ ਦਾ ਕਿਸਾਨ ਵੀਰ ਚਾਰਾ ਤਿਆਰ ਕਰ ਸਕਦੇ ਨੇ ਇਹ ਕਿਸਾਨ ਵੀਰੋ ਜਿਵੇਂ ਆਪਾਂ ਦੇਖਿਆ ਜਦੋਂ ਅਸੀਂ ਜਾਂਦੇ ਹਾਂ ਜਿਹੜਾ ਨੀਪੀਰ ਬਾਜਰਾ ਹੈਗਾ ਉਹ ਅਸੀਂ ਦੇਖਿਆ ਖੇਤਾਂ ਦੇ ਵਿੱਚ ਜਿਹੜਾ ਬਹੁਤ ਵੱਡਾ-ਵੱਡਾ ਵੱਧ ਜਾਂਦਾ ਫਿਰ ਉਹਦੇ ਵਿੱਚ ਉਹ ਸਖਤ ਵੀ ਹੋ ਜਾਂਦਾ ਅਸੀਂ ਉਹਦਾ ਵੀ ਜਦੋਂ 1 ਮੀਟਰ ਤੋਂ ਪਰੇ ਅਸੀਂ ਨੀਪੀਰ ਬਾਜਰੇ ਦਾ ਵੀ ਅਚਾਰ ਬਣਾ ਸਕਦੇ ਹਾਂ ਇਸ ਤਰ੍ਹਾਂ ਸਾਡੇ ਕੋਲ ਗਿਨੀ ਗਰਾਸ ਹੈਗਾ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਰਾਈ ਗ੍ਰਾਸ ਹੈਗਾ ਸੋਣੀ ਦੇ ਵਿੱਚ ਜਿਹੜਾ ਰਾਈ ਗ੍ਰਾਸ ਹੈ ਜਿਸ ਵਿੱਚ 16% ਪ੍ਰੋਟੀਨ ਅਸੀਂ ਉਹਨੂੰ ਸੁਕਾ ਕੇ ਵੀ ਰੱਖ ਸਕਦੇ ਹਾਂ ਕਿਉਂਕਿ ਉਹਦਾ ਫਲੀਦਾਰ ਚਾਰੇ ਦੇ ਬਰਾਬਰ ਜਿਹੜਾ ਉਹਦੇ ਵਿੱਚ ਤੱਤ ਹੁੰਦੇ ਆ ਤੇ ਉਹਦੇ ਨਾਲ ਜਿਹੜਾ ਦੁੱਧ ਆ ਉਹ ਵੀ ਵੱਧਾ ਹੈਗਾ ਤਨਵਾਦ ਸਰ ਬਹੁਤ ਵਧੀਆ ਜਾਣਕਾਰੀ ਜਿਹੜੀ ਹੈਗੀ ਤੁਸੀਂ ਕਿਸਾਨ ਵੀਰਾਂ ਨਾਲ ਸਾਂਝੀ ਕਰ ਕੀਤੀ ਹੈ ਅਸੀਂ ਆਸ ਕਰਦੇ ਹਾਂ ਜੇ ਕਿਸਾਨ ਵੀਰਾਂ ਦਾ ਕੋਈ ਹੋਰ ਸਵਾਲ ਹੋਊ ਤਾਂ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਤੇ ਅਸੀਂ ਆਸ ਕਰਦੇ ਹਾਂ ਕਿਸਾਨ ਵੀਰੋ ਜੇ ਤੁਹਾਡਾ ਕੋਈ ਸਵਾਲ ਹੈ ਸਰ ਤੋਂ ਉਸ ਦਾ ਹਰ ਇੱਕ ਸਵਾਲ ਦਾ ਜਵਾਬ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਦੁਬਾਰਾ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਦੇ ਨਾਲ ਨਵੇਂ ਐਕਸਪਰਟ ਦੇ ਨਾਲ ਤਦ ਤੱਕ ਲਈ ਧੰਨਵਾਦ